So, जलंधर बाईपोल इलेक्शन लैके किस तरीके की तैयारी है बीजेपी की, किवें लगता तुहानूं, किवें देखदे हो बीजेपी की वेव नूं? नहीं, मैनूं इह लगदा कि बीजेपी लई एक अवसर है। पार्टी पहली बारी लोक सभा का चुनाव जिहड़ा वह लड़न जा रही है। पहलां तां असीं लड़ांदे रहे हां सहयोगियों नूं, और यह जिमनी चोण है लोगों नूं दे अंदर असीं केंद्र दीआं उपलब्धियां लैके जावांगे। और अगर MP साडा जलंधर तों लोकी बनांदे ने, सब तों वड्डा फायदा तां जलंधर नूं होण वाला। इत्थे स्मार्ट सिटी होण दे बावजूद इन्ना पैसा आया सी, वह जिहड़ी पहली सरकार सी वह भी भ्रष्टाचार करदी रही, हुण दी सरकार जिहड़ी है वह अखां बंद करके बैठी हुई है। ये जिहड़ा लोकां दे जलंधर दी नुहार बदलण लई केंद्र सरकार दा जिहड़ा पैसा इत्थे लगना चाहीदा सी वह लगा नहीं, उहदी दमड़ी दा सहारा ही तां ही लै सकदे आ साडा MP अगर उत्थे बैठा होएगा। तो ਕਿੰਨਾ ਕੁ ਵੱਡਾ ਚੈਲੰਜ ਮੰਨਦੇ ਹੋ, ਕਿਉਂਕਿ ਜਿਸ ਤਰੀਕੇ ਨਾਲ ਵਿਧਾਨ ਸਭਾ ਚੋਣਾਂ ਦੇ ਜੋ ਰਿਜ਼ਲਟਸ ਰਹੇ ਨੇ, ਕਿੰਨਾ ਕੁ ਚੈਲੰਜ ਮੰਨਦੇ ਹੋ ਇਸ ਚੀਜ਼ ਨੂੰ ਲੈ ਕੇ? ਦੇਖੋ, ਵਿਧਾਨ ਸਭਾ ਦੇ ਚੋਣਾਂ ਨੂੰ ਇਹਦੇ ਨਾਲ ਨਹੀਂ ਮਿਲਾ ਸਕਦੇ। ਔਰ ਉਸ ਵੇਲੇ ਇੱਕ ਲੋਕਾਂ ਦੇ ਮਨ ਦੇ ਅੰਦਰ ਇਹ ਸੀ ਕਿ ਅਕਾਲੀ ਦਲ ਨਹੀਂ ਆਂਦਣਾ, ਕਾਂਗਰਸ ਨਹੀਂ, BJP ਤਾਂ ਪਹਿਲੀ ਵਾਰੀ ਉਹ ਖੇਲ 'ਚ ਆਈ ਸੀ। ਲੇਕਿਨ ਅੱਜ ਹਾਲਾਤ ਬਦਲੇ ਨੇ। ਇੱਕ ਸਾਲਾਂ 'ਚ ਇਹ ਜਿਹੜੀ ਸਰਕਾਰ ਲੋਕਾਂ ਨੇ ਬੜੀ ਰੀਝਾਂ ਨਾਲ ਬਣਾਈ ਸੀ, ਉਹਨਾਂ ਦੀਆਂ ਇੱਛਾਵਾਂ ਆਕਾਂਕਸ਼ਾਵਾਂ ਜਿਹੜੀਆਂ ਪੂਰੀ ਤਰ੍ਹਾਂ ਚਕਨਾ ਚੂਰ ਹੋਈਆਂ। ਅੱਜ ਲੋਕਾਂ ਨੂੰ ਇਹ ਲੱਗਦਾ ਕਿ ਅਗਰ ਪੰਜਾਬ ਦਾ ਕੋਈ ਭਲਾ ਕਰ ਸਕਦਾ, ਪੰਜਾਬ ਨੂੰ ਆਰਥਿਕ ਬਦਹਾਲੀ ਤੋਂ ਕੋਈ ਬਾਹਰ ਕੱਢ ਸਕਦਾ, ਪੰਜਾਬ ਦੇ ਅਮਨ ਸ਼ਾਂਤੀ 'ਤੇ ਕੋਈ ਪਹਿਰਾ ਦੇ ਸਕਦਾ, ਪੰਜਾਬ ਦੇ ਕਿਸਾਨ ਦੇ ਜੀਵਨ ਦੇ ਅੰਦਰ ਕੋਈ ਅੰਤਰ ਲਿਆ ਸਕਦਾ, ਤਾਂ ਉਹ BJP ਹੈ। ਇਸ ਕਰਕੇ ਲੋਕ ਪਿੰਡਾਂ ਦੇ ਹੋਣ, ਸ਼ਹਿਰਾਂ ਦੇ ਹੋਣ, ਉਹ BJP ਨੂੰ ਅਲੱਗ ਤਰੀਕੇ ਨਾਲ ਸੋਚ ਰਹੇ ਨੇ ਕਿ ਨਰਿੰਦਰ ਭਾਈ ਮੋਦੀ ਦੀ ਪਾਰਟੀ ਨਾਲ ਲੋਕਾਂ ਨੂੰ, ਪੰਜਾਬੀਆਂ ਨੂੰ ਜੁੜਨਾ ਚਾਹੀਦਾ। ਕਿੰਨਾ ਕੁ ਵੱਡਾ ਚੈਲੰਜ ਮੰਨਦੇ ਹੋ, ਕਿਉਂਕਿ ਜਿਸ ਤਰੀਕੇ ਨਾਲ ਵਿਧਾਨ ਸਭਾ ਚੋਣਾਂ ਦੇ ਜੋ ਰਿਜ਼ਲਟਸ ਰਹੇ ਨੇ, ਕਿੰਨਾ ਕੁ ਚੈਲੰਜ ਮੰਨਦੇ ਹੋ ਇਸ ਚੀਜ਼ ਨੂੰ ਲੈ ਕੇ? ਦੇਖੋ, ਵਿਧਾਨ ਸਭਾ ਦੇ ਚੋਣਾਂ ਨੂੰ ਇਹਦੇ ਨਾਲ ਨਹੀਂ ਮਿਲਾ ਸਕਦੇ। ਔਰ ਉਸ ਵੇਲੇ ਇੱਕ ਲੋਕਾਂ ਦੇ ਮਨ ਦੇ ਅੰਦਰ ਇਹ ਸੀ ਕਿ ਅਕਾਲੀ ਦਲ ਨਹੀਂ ਆਂਦਣਾ, ਕਾਂਗਰਸ ਨਹੀਂ, BJP ਤਾਂ ਪਹਿਲੀ ਵਾਰੀ ਉਹ ਖੇਲ 'ਚ ਆਈ ਸੀ। ਲੇਕਿਨ ਅੱਜ ਹਾਲਾਤ ਬਦਲੇ ਨੇ। ਇੱਕ ਸਾਲਾਂ 'ਚ ਇਹ ਜਿਹੜੀ ਸਰਕਾਰ ਲੋਕਾਂ ਨੇ ਬੜੀ ਰੀਝਾਂ ਨਾਲ ਬਣਾਈ ਸੀ, ਉਹਨਾਂ ਦੀਆਂ ਇੱਛਾਵਾਂ ਆਕਾਂਕਸ਼ਾਵਾਂ ਜਿਹੜੀਆਂ ਪੂਰੀ ਤਰ੍ਹਾਂ ਚਕਨਾ ਚੂਰ ਹੋਈਆਂ। ਅੱਜ ਲੋਕਾਂ ਨੂੰ ਇਹ ਲੱਗਦਾ ਕਿ ਅਗਰ ਪੰਜਾਬ ਦਾ ਕੋਈ ਭਲਾ ਕਰ ਸਕਦਾ, ਪੰਜਾਬ ਨੂੰ ਆਰਥਿਕ ਬਦਹਾਲੀ ਤੋਂ ਕੋਈ ਬਾਹਰ ਕੱਢ ਸਕਦਾ, ਪੰਜਾਬ ਦੇ ਅਮਨ ਸ਼ਾਂਤੀ 'ਤੇ ਕੋਈ ਪਹਿਰਾ ਦੇ ਸਕਦਾ, ਪੰਜਾਬ ਦੇ ਕਿਸਾਨ ਦੇ ਜੀਵਨ ਦੇ ਅੰਦਰ ਕੋਈ ਅੰਤਰ ਲਿਆ ਸਕਦਾ, ਤਾਂ ਉਹ BJP ਹੈ। ਇਸ ਕਰਕੇ ਲੋਕ ਪਿੰਡਾਂ ਦੇ ਹੋਣ, ਸ਼ਹਿਰਾਂ ਦੇ ਹੋਣ, ਉਹ BJP ਨੂੰ ਅਲੱਗ ਤਰੀਕੇ ਨਾਲ ਸੋਚ ਰਹੇ ਨੇ ਕਿ ਨਰਿੰਦਰ ਭਾਈ ਮੋਦੀ ਦੀ ਪਾਰਟੀ ਨਾਲ ਲੋਕਾਂ ਨੂੰ, ਪੰਜਾਬੀਆਂ ਨੂੰ ਜੁੜਨਾ ਚਾਹੀਦਾ। ਸੁਸ਼ਮੀ ਸ਼ਰਮਾ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਦੇ ਵੱਲੋਂ ਇਹ ਉਮੀਦ ਜਤਾਈ ਗਈ ਹੈ ਕਿ ਪੰਜਾਬ ਦਾ ਜੇਕਰ ਸਰਬਪੱਖੀ ਵਿਕਾਸ ਕਰਨਾ ਤਾਂ ਉਹ BJP ਹੀ ਕਰਾ ਸਕਦੇ, ਅਤੇ ਇਸ ਦੇ ਨਾਲ ਹੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਉਹਨਾਂ ਨੇ BJP ਦੀ ਜਿੱਤ ਦਾ ਦਾਅਵਾ ਵੀ ਕੀਤਾ। ਕੈਮਰਾਮੈਨ ਪਵਨ ਕਨੋਜੇ ਦੇ ਨਾਲ ਯੋਗਿਤਾ, ਦੈਨਿਕ ਸਵੇਰਾ TV।